ਬਾਬਾ ਜੀ ਨੂੰ ਵੀ ਕਹੋ
ਬੱਡੇ ਵੇ ਬੈਠ ਜਾਓ ਮਿਹਰਬਾਨੀ ਤੁਹਾਡੀ ਹਾਂਜੀ ਟੇਬਲ ਤੇ ਹੀ ਬੈਠ ਜਾਓ ਅਮੀਰੇ ਬੈਠ ਜਾਓ ਸਾਰੇ ਤਾਂ ਮੈਚ ਤਾਂ ਸ਼ੁਰੂ ਕਰਵਾਈਏ ਆਪਾਂ ਦੇਖ ਉੱਧਰ ਦੇਖ ਜਰਾ ਮੁੰਡਾ ਇਸ ਵੇਲੇ ਆਸਾਨ ਵੱਟੂ ਆ ਉੱਧਰ ਦੇਖ ਟੱਕਰ ਹੋਈ ਆ ਅਰਸ਼ ਸੱਧੂ ਲੱਗ ਗਿਆ ਪਕੜ ਬਣਾ ਲਈ ਹੈ ਚੱਲ ਵੀ ਵੱਟੂ ਲਾ ਤਾਂ ਜਰਾ ਜ਼ੋਰ ਅਰਸ਼ ਸੱਧੂ ਨਿੱਕਾ ਵੀਰਾ ਕਾਸ਼ਮ ਸੱਧੂ ਦਾ ਸੱਧੂ ਕਬੱਡੀ ਕਲੱਬ ਦਾ ਇਹ ਮੁੰਡਾ ਅਰਸ਼ ਸੱਧੂ ਕੱਲ ਵੀ ਮੁੰਡੇ ਨੇ ਅੱਤ ਦੇ ਸਟਾਪ ਕੀਤੇ ਆ ਧੰਨ ਧੰਨ ਕਰਾਈ ਹੈ ਵੱਟੂ ਨੂੰ ਡੱਕਦਾ ਤਾੜੀ ਮਾਰੋ ਯਾਰ ਅਰਸ਼ ਸੱਧੂ ਵਾਸਤੇ ਆ ਸਾਰੇ ਪੁਆਇੰਟ ਹੋਇਆ ਸੱਧੂ ਕਬੱਡੀ ਕਲੱਬ ਦੇ ਖਾਤੇ ਜੀ ਬਿਲੇ ਲੋ ਮੇਰੇ ਵੀਰੋ ਸਿਰਾ ਮੈਟ ਤੇ ਅਗਲਾ ਆ ਮੁੰਡਾ ਵੀ ਜੱਟ ਪਰਿਵਾਰ ਦਾ ਮੁੰਡਾ ਪਾ ਰਿਹਾ ਕਬੱਡੀ ਸਮੇਂ ਖੇਡ ਮੈਦਾਨ ਦੇ ਵਿੱਚ ਦੂਵੇ ਪਾਸੇ ਕਹਿੰਦੇ ਆ ਮੁੰਡਾ ਬਾਲਿਆਂ ਦਾ ਅਲੀ ਵੱਲ ਇਸ ਸਮੇਂ ਮੋੜ ਹੋ ਕੇ ਚੱਕ ਪਾਉਣ ਦੀ ਕਰਦਾ ਟਰਾਈ ਕਿ ਠੰਡ ਵਿੱਚ ਹੁੰਦੇ ਨਹੀਂ ਹੋ ਲਾਜ 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 ਸੱਤਾ ਵੇ ਇਹ ਪਿੰਡ ਦੇ ਕਨੇਡਾ ਤੱਕ ਪਾਉਣ ਦੇ ਜਿੰਨੇ ਪੈਸੇ ਦੇਣ ਜਾਣੇ ਆ ਨਾ ਮੈਨੂੰ ਦੋ ਮੈਂ ਬੇਈਮਾਨੀ ਨਹੀਂ ਕਰਦਾ ਤੁਹਾਡੇ ਸਾਹਮਣੇ ਇਹਦੀ ਟੈਨਸ਼ਨ ਨਹੀਂ ਲੈਣੀ ਮੈਨੂੰ ਪੈਸੇ ਦੇਣੇ ਆ ਗਰਾਊਂਡ 'ਚ ਨਹੀਂ ਰਸ਼ ਪਾਉਣਾ ਵਕਾਸ ਬੱਟ ਸ਼ੇਰ ਰੇਡਰ ਇਸ ਵੇਲੇ ਖਿਲਾਰੀਆਂ ਹੋਈਆਂ ਬਾਹਾਂ ਚੁੱਕਿਆ ਕਿਆ ਸੋਹਣੇ ਤੇਰੇ ਡੋਲੇ ਨੇ ਕਿਆ ਸੋਹਣੀਆਂ ਤੇਰੀਆਂ ਟੋਰਾਂ ਨੇ ਤੂੰ ਬਾਹਾਂ ਇੰਜ ਖਿਲਾਰਨਾ ਹੈ ਜਿਵੇਂ ਪੰਖ ਖਿਲਾਰੇ ਮੋਰਾਂ ਨੇ ਵਕਾਸ ਬੱਟ ਅਫਸਾਲ ਸੀਕ ਬੱਟ ਦਾ ਵੀਰਾ ਕਪਤਾਨ ਪਾਕਿਸਤਾਨ ਟੀਮ ਦਾ ਉਹਦਾ ਸ਼ੇਰ ਦਾ ਵੀਰ ਸ਼ੇਰ ਸੱਤ ਚੱਕ ਨੌਕਾ ਖੋਲਾ ਸਰਵੋਤਾ ਰੋਡ ਫੈਸਲਾਬਾਦ ਰਾਣਾ ਹਫੀਜ਼ ਅਗਲੀ ਰੇਟ ਤੇ ਆ ਔਰ ਬੰਦੇ ਜਿਹੜੇ ਆ ਖੜੇ ਆ ਨਾ ਵੀਰੇ ਰੱਬ ਦਾ ਨਾਂ ਜੇ ਜਿੱਥੇ ਖੜੇ ਹੋਣਾ ਹੁੰਦਾ ਤੁਸੀਂ ਖੜੇ ਨਹੀਂ ਹੋਣਾ ਹੁੰਦਾ ਜਦੋਂ ਬਹਿਣ ਦਾ ਕਹਿ ਦਈਏ ਤੁਸੀਂ ਬਹਿਣਾ ਨਹੀਂ ਹੁੰਦਾ ਦੇਖ ਜਰਾ ਨਫੀਸ ਟਾਈਗਰ ਆਫ ਪਾਕਿਸਤਾਨ ਟਾਈਗਰ ਆਫ ਪਾਕਿਸਤਾਨ ਪੁਆਇੰਟ ਹੋ ਗਿਆ ਰਾਣੇ ਹਫੀਜ਼ ਦਾ ਜੀ ਬਿਲਕੁਲ ਸਮੇਂ ਖੇਡ ਮੈਦਾਨ ਵਿੱਚ ਪਾਉਣ ਦੇ ਵਾਸਤੇ ਆ ਮੁੰਡਾ ਵਧਿਆ ਇੱਕ ਬੰਦੇ ਨੇ ਚਾਰ ਬੰਦੇ ਮੋਹਰੇ ਲਾਏ ਆ ਫਲਾਲ ਮੋਸ਼ਨ ਢਿੱਲੋਂ ਰੇਲ ਕਿੰਗ ਯੂਐਸਏ ਲੋ ਵੀ ਖੇਡਦਾ ਇਸ ਮੁੰਡੇ ਨੇ ਮਲੇਸ਼ੀਆ ਦੇ ਵਿੱਚ ਵੀ ਹਲਾਲੀ ਪਰਚਮ ਉੱਚਾ ਕੀਤਾ ਅੱਜ ਮੇਰੇ ਵੀਰੋ ਕਮਾਲਪੁਰ ਦੀ ਧਰਤੀ ਇਰਫਾਨ ਵਾਲੇ ਦੇ ਪਿੰਡ ਐਨ ਨਜ਼ਾਰਾ ਜ਼ਿਰਾ ਕਰੀ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਸੋ ਬਹੁਤ ਵਧੀਆ ਨਜ਼ਾਰਾ ਵਧੀਆ ਨਜ਼ਾਰਾ ਫਿਰ ਕਬੱਡੀ ਦਾ ਰਾਣਾ ਹੈ ਤਾਂ ਕਾਸ਼ਮ ਸੰਧੂ ਦਸ਼ਕਰ ਦੇ ਕੰਨੀ ਤੇ ਬੁੱਲਾ ਫਿਰਕ ਹੈ ਵਿਰਕ ਨਾਲ ਟੱਕਰ ਹੋਈ ਹੈ ਦੇਖ ਜਿਹੜਾ ਡੱਕਣੇ ਦੀਆਂ ਕੋਸ਼ਾਂ ਅਬਦੁੱਲਾ ਵਿਰਕ ਅੱਜ ਦੀ ਜੱਜ ਦਾ ਲਾਲਾ ਵੀਰੇ ਪੂਰਾ ਸਤਿਕਾਰ ਹੋਣਾ ਰਾਣੇ ਹੈਦਰ ਲਈ ਤਾੜੀ ਮਾਰੋ ਜਰਾ ਦੇਖ ਪੁੱਤਰ ਮੁੰਡਾ ਰਾਜਪੂਤਾਂ ਦਾ ਧੂੜਾ ਪਟਨਾ ਕਬੱਡੂ ਬਾਬਾ ਜਾਨਾ ਗੁਜਰ ਅਕੈਡਮੀ ਦਾ ਰੇਡਰ ਇਸ ਵੇਲੇ ਛੋਲੇ ਛੋਲੇ ਪੰਪ ਧਰਦਾ ਹੋਇਆ ਮੈਦਾਨ ਦੇ ਵਿੱਚ ਇੱਕ ਪਾਸੇ ਅਰਸ਼ ਸੰਧੂ ਹੈ ਟੋਕਾ ਦਾ ਨਾਲ ਬਿਲਾਲ ਸੰਧੂ ਹੈ ਬਿਲਾਲ ਸੰਧੂ ਚਾਚਾ ਭਤੀਆ ਖੜੇ ਆ ਪੁਆਇੰਟ ਆਸਾਨ ਵੱਟੂ ਦੇ ਖਾਤੇ ਆਸਾਨ ਵੱਟੂ ਦੇ ਖਾਤੇ ਮੇਰੇ ਵੀਰੇ ਹੋ ਗਿਆ ਲੋ ਅਗਲੀ ਕਬੱਡੀ ਫਿਰ ਚੱਲ ਵੀ ਸੋਹਣੇ ਆਪਾਂ ਕਬੱਡੀ ਲੋ ਅਗਲੀ ਕਬੱਡੀ ਫਿਰ ਮੇਰੇ ਵੀਰੇ ਸੁਣੇ ਫਿਰ ਮੈਦਾਨ ਨਾ ਸਿਰ ਜੱਟ ਕਿ ਲੁੱਕ ਲੁੱਕ ਬਹਿ ਕੇ ਨੀਤੀਆਂ ਨੀ ਸਿੱਖੀਆਂ ਪੰਗਾ ਸਿੱਧੇ ਮੱਥੇ ਲੈ ਕੇ ਵੇਖਣਾ ਮੌਤ ਨੂੰ ਢਾ ਕੇ ਉੱਤੇ ਬਹਿ ਕੇ ਵੇਖਣਾ ਮੌਤ ਨੂੰ ਢਾ ਕੇ ਉੱਤੇ ਬਹਿ ਕੇ ਵੇਖਣਾ ਆ ਤਈਬ ਵੱਲ ਪਰ ਪੁਆਇੰਟ ਰੇਡਰ ਦੇ ਖਾਤੇ ਇਸ ਨਾਲ ਵੱਧ ਆ ਰਿਹਾ ਆ ਮੁੰਡਾ ਕਹਿੰਦੇ ਵਕਾਸ ਬੱਟ ਇਹਨਾਂ ਬੱਟਾਂ ਨੇ ਵੀ ਐ ਬਹਿਜਾ ਕਰਵਾਈ ਹੈ ਗੁਲਾਮ ਦਾਸ ਬੱਟ ਦੀ ਗੱਲ ਹੋਵੇ ਜਾਂ ਉਸ ਪਰਿਵਾਰ ਦੀ ਜਿਸ ਪਰਿਵਾਰ ਦਾ ਆ ਮੁੰਡਾ ਸਦੀਕ ਬੱਟ ਸ਼ਫੀਕ ਬੱਟ ਨਈ ਬੱਟ ਤੇ ਆ ਵਕਾਸ ਬੱਟ ਮੇਰੇ ਵੀਰੋ ਕਹਿੰਦੇ ਅਸਦੁੱਲਾ ਗਿੱਲ ਖੁਦ ਪਿਆਰ ਬੜੀ ਮੁਹੱਬਤ ਕਰਦਾ ਜੀ ਖੇਡ ਦੇ ਨਾਲ ਲੋ ਲਾਈਟਾਂ ਜਗਾ ਦੇ ਲਾਈਟਾਂ ਵੀਰੇ ਜਗਾ ਦੋ ਇਲੈਕਟ੍ਰੀਸ਼ੀਅਨ ਵੀਰਾ ਰਾਣਾ ਹਫੀਜ਼ ਅਗਲੀ ਰੇਟ ਤੇ ਚੱਲ ਵੀ ਪੋਲੇ ਪੋਲੇ ਪੰਪ ਕਰਦਾ ਹੋਇਆ ਮੁੰਡਾ ਰਾਜਪੂਤਾਂ ਦਾ ਚੜ੍ਹਦੀ ਜਵਾਨੀ ਆ ਮੁੱਛ ਫੁੱਟ ਗੱਭਰੂ ਹੈ ਦੇਖ ਜਰਾ ਮਾਰਿਆ ਟੱਚ ਲਈ ਵਾਲੇ ਨੂੰ ਔਰ ਪੁਆਇੰਟ ਦਾ ਵਾਧਾ ਕਰਦਾ ਹੋਇਆ ਰਾਣਾ ਹਫੀਜ਼ ਨੇ ਸਭ ਕੇ ਜਾਵਾਂ ਮੈਂ ਤੇਰੀ ਰਫਤਾਰ ਉੱਤੇ ਜਾ ਕੇ ਜਾਪੀਆਂ ਨਾ ਜਦੋਂ ਝਪਟ ਲਾਵੇਂ ਸ਼ੇਰ ਝਪਟਦਾ ਜਿਵੇਂ ਸ਼ਿਕਾਰ ਉੱਤੇ ਇਸ ਵੇਲੇ ਝਪਟਿਆ ਹੋਇਆ ਬਿਲਾਲ ਮੋਸਨ ਢਿੱਲੋਂ ਹੈ ਔਰ ਮੁਰੇ ਅਰਸ਼ਦ ਸੰਧੂ ਬਿਲਾਲ ਸੰਧੂ ਟੋਕਾ ਨਬੀਲ ਇੱਕ ਤੋਂ ਇੱਕ ਚੰਗਾ ਜਾਪ ਜਾਪੀ ਹੈ ਜਿਹਨੂੰ ਰੱਬ ਦੇਵੇ ਦੇਖ ਜਰਾ ਟੋਕਾ ਲੱਗਾ ਮਾਰਿਆ ਪ੍ਰੈਸ ਬਿਲਾਲ ਮੋਸਨ ਢਿੱਲੋਂ ਨੇ ਅਣਖ ਤਾਂ ਮਣਖ ਦੇ ਨਾਲ ਮੁੰਡਾ ਰੇਡਾਂ ਪਾਉਂਦਾ ਕੜਮ ਸੁਭਾਅ ਥੋੜਾ ਪਰ ਮੁੰਡਾ ਨਾ ਬੋਲਦਾ ਚਲੀ ਅਫਸਰ ਢਿੱਲੋਂ ਦਾ ਵੀਰਾ ਉਤਰੀਆਂ ਦੋਨੇ ਟੀਮਾਂ ਆ ਜਾਓ ਵੀਰੇ ਇਲੈਕਟ੍ਰੀਸ਼ੀਅਨ ਜਿੱਥੇ ਹੈ ਨਾ ਲਾਈਟਾਂ ਜਗਾ ਦਿਓ ਬੜੀ ਮਿਹਰਬਾਨੀ ਵੀਰੇ ਲਾਈਟਾਂ ਜਗਾ ਦਿਓ ਇਲੈਕਟ੍ਰੀਸ਼ੀਅਨ ਵੀਰਾ ਜਿੱਥੇ ਵਿਵਸਥਾ ਤਾਰਾ ਜਦੀ ਯਾਸਰ ਵਾਲਾ ਪੈਟਰੋਲਿੰਗ ਪੁਲਿਸ ਵਾਲਾ ਸਾਡਾ ਸ਼ੇਰ ਵੀਰ ਜਦੀ ਨਵੀਆਂ ਪਰਿਵਾਰ ਦਾ ਮੁੰਡਾ ਕਿ ਸਾਨੂੰ ਫਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਸਾਨੂੰ ਫਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਟਾਈਗਰ ਆਫ ਪੰਜਾਬ ਮੇਰੇ ਵੀਰੋ ਐ ਨਫੀਸ ਗੁਜਰ ਐ ਸਮੁੰਦਰੀ ਦਾ ਸ਼ੇਰ ਜਿਹਨੇ 2020 ਵਰਲਡ ਕੱਪ ਦੇ ਵਿੱਚ ਜੀਓ ਸੁਪਰ ਦੇ ਰਾਹੀਂ ਦੇਖਿਆ ਐ
ਅਗਲੀ ਡੇਟ ਦੇ ਉੱਤੇ ਪੁੱਜਿਆ ਹੋਇਆ ਤੇ ਸਿਰਾ ਬਚਾਓ ਲਿਖਿਆ ਅਰਸ਼ਦ ਸੰਧੂ ਲੱਗਾ ਅਰਸ਼ਦ ਸੰਧੂ ਔਰ ਇਹਸਾਨ ਵੱਟੂ ਅਰਸ਼ਦ ਸੰਧੂ ਤੇ ਇਹਸਾਨ ਵੱਟੂ ਦੇਖ ਲਾ ਕੇ ਅਰਸ਼ਦ ਸੰਧੂ ਦੀ ਇਹਸਾਨ ਵੱਟੂ ਖੱਬੀ ਕੰਨੀ ਹੋਇਆ ਜਿਹਨੂੰ ਰੱਬ ਦੇ ਵਿੱਚ ਅਲਕਾ ਕਾ ਭਾਜ ਆਪੋ ਆਪਣੀ ਹੈ ਔਰ ਕਮਾਨੋ ਛੁੱਟੇ ਪੀਰ ਵਾਂਗ ਮੈਦਾਨ ਦੇ ਵਿੱਚ ਹੈ ਟਾਈਗਰ ਆਫ ਪਾਕਿਸਤਾਨ ਨਫੀਸ ਗੁਜਰ ਔਰ ਟੱਕਰ ਹੋ ਗਈ ਅਲੀ ਵਾਲੇ ਦੇ ਨਾਲ ਨੱਚਦਾ ਟੱਪਦਾ ਨਾਸਿਓ ਇਲੈਕਟ੍ਰੀਸ਼ਨ ਭਰਾ ਲੈ ਦੂਵੇ ਪਾਸੇ ਆਹ ਸ਼ੁਰੂ ਪੰਜਾਬ ਘੋੜੇ ਨਾਲ ਮਾਨ ਸਮਾਨ ਹੋਣਾ ਕਿਸੇ ਗੱਲ ਲਈ ਬਣਾਇਆ ਘੋੜਾ ਦਿੱਤਾ ਹੋ ਲੈ ਆਹ ਮੁੰਡੇ ਨੂੰ ਮੋਟਰਸਾਈਕਲ ਦਿੱਤਾ ਜਾ ਰਿਹਾ 125 ਉਹ ਵੀ ਕਿਸੇ ਗੱਲ ਲਈ ਦਿੱਤਾ ਨਾਮ ਸੁਣੇ ਲੈ ਲਾ ਇੱਧਰ ਇਮਤਿਆਜ਼ ਕਰੋ ਆਪਣੇ ਵੀਰਾਂ ਕੋ ਸਾਰਿਆਂ ਕੋ ਖੱਬੇ ਹੱਥ ਆ ਇੱਕ ਪਾਸੇ